गुरदासपुर विच बैंक तो लोन लैण दी शख्स ने जान दे के कीमत चुकाई है। बैंक अधिकारी तो तंग आके शख्स ने खुदकुशी कर ली। पिंड अबल खैर दे जसपाल मसीह ने बैंक तो 50,000 का लोन लिया सी ते किश्तां ना भर सकण करके बैंक अधिकारी परेशान कर रहे सी। खुदकुशी पत्र विच बैंक अधिकारी ते गंभीर इल्जाम लगाए ने। पुलिस मामले की पड़ताल विच जुट गई है। गुरदासपुर विच बैंक तो लोन लैण दी शख्स ने जान दे के कीमत चुकाई है। बैंक अधिकारी तो तंग आके एक शख्स ने खुदकुशी कर ली है। पिंड अबल खैर दे यशपाल मसीह ने बैंक तो 50,000 का लोन लिया सी। किश्तां ना भर सकण करके बैंक अधिकारी परेशान कर रहे सी ते खुदकुशी पत्र विच बैंक अधिकारी ते गंभीर इल्जाम लगाए ने। सुसाइड नोट विच एक गंभीर इल्जाम लगाए ने बैंक अधिकारी ते। पुलिस मामले दी जांच विच जुट गई है। गुरदासपुर तो यह मामला सामने आया जिथे बैंक तो लोन लैण दी शख्स ने जान दे के कीमत चुकाई। मेरा भरा वड्डा ही जसपाल गिल अब्बल खैर कलोनी दा जनाब उहने किते कैनरा बैंक रविदा चौंक चा उत्थों लोन लिया ही किते विचारे ने 50,000 रुपया अपनी घर दी देना ਤੇ ਸਰ ਉਹ ਜੋ ਨਹੀਂ ਕਰੋਨਾ ਦਾ ਪਿੱਛੇ ਜੇ ਜਦੋਂ ਆਇਆ ਦੌਰ ਉਹਦੇ ਵਿੱਚ ਉਹਦਾ ਸਾਰਾ ਕੰਮ ਕਾਰ ਜੋ ਵੀ ਕਰਦਾ ਸੀ ਉਹ ਸਾਰਾ ਠੱਪ ਹੋ ਗਿਆ ਅਤੇ ਉਹਦੇ ਕੋਲ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਬੈਂਕ ਦਾ ਇੱਕ ਕਰਮਚਾਰੀ ਆ ਰਿਸ਼ਪਾਲ ਭਗਤ ਜਿਹੜਾ ਕਿ ਉਹਨੂੰ ਬੜਾ ਤੰਗ ਕਰਦਾ ਹੁੰਦਾ ਸੀ। ਉਹਨੇ ਆਪਣੇ ਆਹ ਸੁਸਾਈਡ ਨੋਟਿਸ 'ਚ ਲਿਖਿਆ ਉਹਦਾ ਨਾਂ। ਟੁੱਕ ਤਾਂ ਕੱਲ੍ਹ ਘਰ ਵੀ ਆਏ ਸੀ ਅਤੇ ਉਹਨੂੰ ਕੋਈ ਧਮਕੀ ਵਗੈਰਾ ਦੇ ਕੇ ਗਏ। ਅੱਜ ਉਹਨੇ ਉਹਨਾਂ ਦੇ ਦੋ ਗੁਆਵਕ ਦਵਾਈ ਖਾ ਲਈ। ਉਹਨਾਂ ਲਿਖਿਆ ਕਿ ਮੈਨੂੰ ਤੰਗ ਕਰਦੇ ਸੀ ਰਿਸ਼ਪਾਲ ਭਗਤ ਨਾਂ ਦਾ ਕੋਈ ਬੰਦਾ ਜਿਹੜਾ ਉਹਨੂੰ ਫੋਨ ਕਰਕੇ ਵੀ ਤੰਗ ਕਰਦਾ ਸੀ ਤੇ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਬੈਂਕ ਦੇ ਅੰਦਰ ਡੱਕ ਕੇ ਤੇ ਤੇਰੇ ਤੇ ਡਕੈਤੀ ਪਾ ਦੇਣੀ ਆ। ਸਾਡੀ ਮੰਗ ਇਹੋ ਹੀ ਆ ਵੀ ਇਹ ਬੈਂਕ ਤੇ ਕਾਰਵਾਈ ਕੀਤੀ ਜਾਵੇ। ਇਹ ਜਿਹੜਾ ਬੰਦਾ ਧਮਕੀਆਂ ਦਿੰਦਾ ਸੀ ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹਨੂੰ ਕੋਈ ਦਵਾਈ ਖਾਧੀ ਸੀ ਅਸੀਂ ਉਸੇ ਵੇਲੇ ਪੁਲਿਸ ਨੂੰ ਦੱਸ ਦਿੱਤਾ। ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਵੀ ਆਪਣਿਆਂ ਨੂੰ ਬਚਾਈਏ ਪਰ ਸਭ ਕੁਛ ਕਰਨ ਦੇ ਬਾਵਜੂਦ ਨਹੀਂ ਬਚ ਸਕਿਆ ਹੈ। ਕੰਮ ਸਾਢੇ ਇਕੱਠ ਦੀ ਡੈਥ ਹੋ ਗਈ ਹੈ। ਪੁਲਿਸ ਵਾਲੇ ਆਏ ਸੀ ਇਹਨਾਂ ਕੋਲੋਂ ਕੋਈ ਸੁਸਾਈਡ ਨੋਟ ਵੀ ਮਿਲਿਆ ਮੈਂ ਪੜ੍ਹਿਆ ਨਹੀਂ ਹੈਗਾ ਪਰ ਉਹ ਅਸੀਂ ਪੁਲਿਸ ਨੂੰ ਦੇ ਦਿੱਤਾ। ਸ਼ਾਇਦ ਕੋਈ ਬੈਂਕ ਕੋਲੋਂ ਕਰਜ਼ਾ ਕੁਰਜ਼ਾ ਲਿਆ ਸੀ ਉਹਦੇ ਚੱਕਰ 'ਚ ਵਿਚਾਰਾ ਉਹ ਬਹੁਤ ਦੁਖੀ ਕਰਦੇ ਸੀ ਇਹਨੂੰ ਆਪਣੇ ਬੈਂਕ ਵਾਲੇ ਪ੍ਰੋਬਲੀ ਉਹਦੇ ਵਾਸਤੇ ਉਸ ਕਰਕੇ ਦਵਾਈ ਖਾਧੀ ਹੈ।